ਸਾਡੇ ਚੈਨਲ 'ਤੇ ਹੋਰ ਨਵੀਆਂ ਅਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸੱਚ ਦੇ ਪੈਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈੱਲ ਆਈਕਨ ਨੂੰ ਦਬਾਓ। ਮੇਰਾ ਨਾਮ ਗੁਰਦਾਸ ਹੈ ਜੀ, ਪਿੰਡ ਕੱਲਰ ਭਣੀ ਜੀ। ਕੀ ਮੌਕੇ ਤੇ ਘਟਨਾ ਹੋ ਗਈ ਜੀ? ਅਸੀਂ ਮੋਟਰ ਤੇ ਦੀ ਸਾਹਮਣੇ, ਅਸੀਂ ਮੋਟਰ ਤੇ ਦੇਖਿਆ ਜਦੋਂ ਬੰਦੇ ਨੂੰ ਕੁੱਟਣ ਲੱਗ ਰਹੇ ਸੀ, ਤੇ ਅਸੀਂ ਤਿੰਨ ਜਾਣੇ ਦੀ ਮੋਟਰ ਦੀ ਐਂ ਨੀ ਅਸੀਂ ਜਾਣਦੇ ਜੀ, ਮਤਲਬ ਮੋਟਰ ਤੇ ਕੌਣ ਕੌਣ ਸੀ ਤਿੰਨ ਜਾਣੇ? ਤੇ ਇੱਕ ਜ਼ਿਮੀਂਦਾਰ ਮੁੰਡਾ ਜੀ ਜਿਹਨੇ ਠੇਕੇ ਤੇ ਲਿੱਤੀ ਸੀ ਅਸੀਂ ਮੋਟਰ। ਹਾਂ ਜੀ, ਕੀ ਦੇਖਿਆ ਤੁਸੀਂ? ਅਸੀਂ ਦੇਖਿਆ ਜੀ ਉਹ ਬੰਦੇ ਨੂੰ ਇੱਕਦਾਂ ਲੋਹੇ ਦੀ ਸਟੀਲ ਦੀ ਤੇ ਇੱਕ ਗੰਡਾਸਾ ਸੀ ਉਹਨਾਂ ਕੋਲੇ। ਮਤਲਬ ਅਸੀਂ ਜਦੋਂ ਦੇਖਿਆ ਜੀ, ਅਸੀਂ ਨੇ ਦੇਖਿਆ ਜੀ ਬੰਦੇ ਨੂੰ ਕੁੱਟਣ ਲੱਗ ਰਹੇ ਨੇ, ਅਸੀਂ ਆਉਣ ਦੀ ਕੋਸ਼ਿਸ਼ ਕਰੀ, ਬਸ ਦੋ ਤਿੰਨ ਮਾਰੇ ਨੇ ਤੇ ਉਹ ਗੱਡੀ ਲੈ ਕੇ ਏਰਿਆ ਤਾਂ ਇਹਨੂੰ ਭੱਜ ਗਈ। ਤੁਹਾਡੇ ਆਉਣ ਤੋਂ ਪਹਿਲਾਂ ਵੱਗ ਗਈ? ਹਾਂ ਜੀ, ਸਾਡੇ ਆਉਣ ਤੋਂ ਪਹਿਲਾਂ ਵੱਗ ਗਈ। ਕਿੰਨੇ ਬੰਦੇ ਸੀਗੇ ਉਹ? ਉਹ ਇੱਕ ਤਾਂ ਗੱਡੀ 'ਚ ਬੈਠਾ ਜੀ ਡਰਾਈਵਰ ਦੀ ਜਿਹੜੀ, ਦੋ ਜਣੇ ਮਾਰਨ ਲੱਗ ਰਹੇ ਦੀ। ਦੋ ਜਣੇ ਤੇ ਮਾਰ? ਹਾਂ। ਉਸ ਤੋਂ ਬਾਅਦ ਫਿਰ ਤੁਸੀਂ ਕੀ ਕੀਤਾ? ਅਸੀਂ ਪਾਣੀ ਪੂਣੀ ਪਿਆ ਜੀ, ਛੌਂ 'ਚ ਰੱਖਿਆ ਚੱਕ ਕੇ ਮਸੇ ਕਰਕੇ, ਘਰਦਿਆਂ ਨੂੰ ਫੋਨ ਕੀਤਾ ਜੀ, ਨੰਬਰ ਭਾਲ ਕੇ ਥੋੜ੍ਹਾ ਟਾਈਮ ਲੱਗ ਗਿਆ। ਹਾਂ ਜੀ ਹਾਂ, ਗੰਡਾਸੇ 'ਤੇ ਲੱਤਾਂ ਬਾਹਾਂ 'ਤੇ ਲੱਤਾਂ ਮਤਲਬ ਤੋੜੀਆਂ ਵਰਗੀਆਂ ਸੀ, ਕਾਫੀ ਸੀਰੀਅਸ ਸੀ। ਹੈਂ? ਕਾਫੀ ਸੀਰੀਅਸ ਸੀ ਬੰਦਾ, ਜ਼ਖਮੀ? ਹਾਂ, ਜ਼ਖਮੀ ਜ਼ਿਆਦਾ ਸੀ, ਬੋਲਦਾ ਸੀ ਮਾੜਾ ਮੋਟੀ। ਹਾਂ, ਉਹ ਤਾਂ ਬੋਲਦਾ ਸੀ, ਮਤਲਬ ਟਾਈਮ ਬਹੁਤ ਲੱਗ ਗਿਆ ਨਾ ਆਣ 'ਤੇ ਉਹਨਾਂ ਨੂੰ। ਹਮ ਚਿੜੀ ਨੰਬਰ ਉਹਦੇ ਫੋਨ ਤੋਂ ਲਿਆ ਤੁਸੀਂ ਨੰਬਰ? ਹਾਂ ਜੀ, ਮਤਲਬ ਵਿੱਚੋਂ ਉਹਨਾਂ ਦਾ ਘਰ ਦਾ ਕੋਈ ਨੰਬਰ ਪਿਆ ਹੋਣਾ, ਉਹਦੇ ਵਿੱਚੋਂ ਦੇਖ ਕੇ ਕਾਸੇ ਇਕੱਠੇ ਹੋ ਗਏ ਦੂਰੇ ਜੀ। ਸੁਨੀਤਾ ਰਾਣੀ। ਕੁੱਟਮਾਰ ਕੀਤੀ ਸਾਰੇ ਪਰਿਵਾਰ ਨਾਲ, ਕਈ ਵਾਰ ਕੁੱਟਮਾਰ ਕੀਤੀ, ਕਈ ਵਾਰ ਮੈਂ ਥਾਣੇ 'ਚ ਗਈ, DSP ਲਵਾ ਗਈ, SHO ਲਵਾ ਗਈ, ਮੇਰੀ ਕੋਈ ਸੁਣਵਾਈ ਨਹੀਂ, SSP ਕਾ ਪੇਸ ਹੋਈ, ਕੋਈ ਸੁਣਵਾਈ ਨਹੀਂ ਹੋਈ। ਤੇ ਹੁਣ ਇਹ ਚੌਥੇ ਮਹੀਨੇ ਦੀ 28 ਤਰੀਕ ਨੇ ਮੈਂ ਵੱਢਤੀ ਤੀ, ਮੇਰਾ ਸਿਰ ਵੱਢਤੀ ਆ ਤਾ, ਅਤੇ ਮੇਰੇ ਥੋੜ੍ਹੀ ਢਿੱਡ ਵੀ ਵੱਢਤੀ ਆ ਤਾਇਆ, ਮੇਰੀ ਬਾਂਹ ਵੀ ਤੋੜਤੀ ਤੀ, ਅਤੇ ਮੈਂ DGIP ਕਾ ਮੈਂ ਚੰਡੀਗੜ੍ਹ ਵੀ ਪੇਸ ਹੋਈ, ਮੇਰਾ ਮੁੰਡਾ ਫੌਜੀ ਹੈ, ਇੱਕ ਇਕੱਲਾ ਉਹ ਫੌਜ 'ਚ ਹੈ, ਮੇਰੀ ਫਿਰ ਵੀ ਨਹੀਂ ਸੁਣਵਾਈ ਹੋਈ, ਮੇਰੇ ਬੰਦੇ ਕਾ ਵੀ ਸਿਰ ਪਾੜਦੀ ਆ ਤਾ, ਮੇਰੇ ਬੰਦੇ ਕੀ ਲੱਤ ਵੀ ਤੋੜਦੀ ਤੀ, ਬਾਂਹ ਵੀ ਤੋੜਦੀ ਤੀ ਮਾਰੀ, ਇੱਕ ਮਹੀਨਾ ਹੋਇਆ ਸਾਰਾ, 2 ਮਹੀਨੇ ਹੋਏ ਹੈ, ਪੁਲਿਸ ਨੇ ਮੇਰੀ ਸੁਣਵਾਈ ਨਹੀਂ ਕੀ, ਕੋਈ ਮੇਰਾ ਪਰਚਾ ਨਹੀਂ ਬੰਨਿਆ, ਕੋਈ ਪੁਲਿਸ ਨਹੀਂ ਪਕੜਨਾ, ਇਹਨਾਂ ਨੂੰ ਕਰਕੇ ਬੁਲਾਇਆ ਭੁਲੇਖੇ ਨਾਲ, ਇਹਨਾਂ ਨੇ ਭੁਲੇਖੇ ਨਾਲ ਫੋਨ ਕਰਿਆ ਕਿ ਤੂੰ ਆ ਜਾ, ਤੇਰੀ ਮਦਦ ਕਰਾਂਗੇ, ਤੂੰ ਆ ਉੱਥੇ ਆ ਕੇ ਮਿਲ ਲੈ ਬਾਦਲਗੜ੍ਹ ਕਾਣੀ, ਵੀ ਉੱਥੇ ਆ ਜਾ, ਮਾਮੇ ਤੇਰੇ ਨਾਲ ਲੱਗਾਂਗੇ ਬੰਦੇ, ਹੈ ਮਾਮੇ ਤੇਰੀ ਮਦਦ ਕਰਾਂਗੇ, ਤੂੰ ਆ ਜਾ, ਪੈਸੇ ਪੂਸੇ ਲੈ ਕੇ, ਮੋਟਰਸਾਈਕਲ ਲੈ ਕੇ। ਮੈਂ ਮੇਰਾ ਘਰ ਵਾਲਾ ਬੜੇਰਾ ਰੋਕਿਆ, ਬੇਚਾਰਾ ਸਿੱਧਰਾ ਦਿਮਾਗ ਕਰ ਆਇਆ, ਸਿੱਧਾ ਸਾਦਾ, ਤਾਂ ਮੈਂ ਬਹੁਤ ਰੋਕਿਆ ਆ, ਵੀ ਤੂੰ ਜਾ ਨਾ, ਤੂੰ ਭੋਲਾ ਹੈ, ਲੋਕ ਚਲਾ ਕੇ ਤੈਨੂੰ ਮਾਰ ਦੇਣਗੇ, ਨਹੀਂ ਕਹਿੰਦਾ ਇਹ ਤਾਂ ਆਪਣੇ ਬੰਦੇ ਨੇ, ਮੇਰੇ ਇਲਾਵਾ ਨੰਬਰ ਵੀ ਹੈਗਾ ਜਿਹੜਾ ਉਹ ਨੰਬਰ ਆਇਆ, ਸੁਣੀ ਨਹੀਂ ਬਸ ਇੰਨੇ 'ਚ, ਘੰਟਾ ਤਾਂ ਹੋਇਆ ਨਹੀਂ, ਘੰਟੇ ਮਗਰੋਂ ਫੋਨ ਆ ਗਿਆ, ਗੱਡੀ 'ਚ ਬੰਦੇ ਗਏ ਨੇ, ਇਸਨੇ ਦੱਸਿਆ ਮੇਰੇ ਘਰ ਵਾਲੇ ਨੇ, ਜਦੋਂ ਮੈਂ ਪਹੁੰਚੇ ਗੱਡੀ ਲੈ ਕੇ, ਫੋਨ ਆਇਆ ਵੀ ਬੰਦੇ ਗੱਡੀ ਲੈ ਕੇ ਆਏ ਹੋਏ ਤੇ, ਵੀ ਬੰਦਿਆਂ ਨੇ ਗੰਡਾਸਿਆਂ ਨਾਲ ਨਾਲੀਆਂ ਨਾਲ ਹਰ ਸਾਰਾ ਵੱਢ ਮਾਰਿਆ ਆ,
ਮੇਰੀ ਕੋਈ ਸੁਣਵਾਈ ਨਹੀਂ, ਪਤਲੀ ਉਰੀ ਹੋਏ ਅਸੀਂ ਵੱਲੋਂ ਹਸਪਤਾਲ ਮੈਂ ਲੈ ਕੇ ਆਏ ਹਾਂ ਜੀ ਉਰੇ। ਹਾਂਜੀ ਸਾਫ ਮੰਗ ਰਿਹਾ ਜੀ, ਮੈਂ ਤਾਂ ਮਾਰ ਦਿਆ ਸਾਰਾ ਪਰਿਵਾਰ ਮੇਰਾ ਬੇਟਾ ਪੁੱਤ। ਪਿੰਡ ਹਮਝੜੀ ਦੇ ਰਹਿਣ ਵਾਲੇ ਮੇਗਾ ਸਿੰਘ ਜੀ, ਇਹਨਾਂ ਦੇ ਪਿਤਾ ਦਾ ਨਾਮ ਬਚਨ ਸਿੰਘ, ਤਕਰੀਬਨ 60 ਸਾਲ ਦੇ ਕਰੀਬ ਉਮਰ ਹੈ ਅਤੇ ਲੜਾਈ ਝਗੜੇ ਤੋਂ ਬਾਅਦ ਕੁਛ ਬਹੁਤ ਸੱਟਾਂ ਲੱਗੀਆਂ ਸੀਗਾ ਸਾਰੇ ਸਰੀਰ 'ਤੇ, ਬਹੁਤ ਸਾਰੀਆਂ ਮਲਟੀਪਲ ਇੰਜਰੀ ਸੀਗੀਆਂ ਅਤੇ ਅਨਕੋਨਸ਼ੀਅਸ ਵਰਗੇ ਸੀਗੇ ਜਦੋਂ ਲੈ ਕੇ ਆਏ ਆ, ਗੱਲ ਕਰਨ 'ਚ ਅਸਮਰਥ ਸੀਗੇ। ਆਪਣੇ ਸਾਰੇ ਡਾਕਟਰਸ ਲਾ ਕੇ ਪੱਟੀਆਂ ਜਿਹੜੀ ਕਰਨ ਵਾਲੀ ਸੀਗੀ ਉਹ ਕਰ ਰਹੇ ਸੀਗੇ, ਆਈ ਵੀ ਫਲੂਇਡ ਲਗਾਇਆ ਅਤੇ ਇਸ ਦੌਰਾਨ ਹੀ ਉਹਨਾਂ ਦਾ ਬੀ ਪੀ ਗਿਰਨਾ ਸ਼ੁਰੂ ਹੋ ਗਿਆ। ਬੀ ਪੀ ਪਹਿਲਾਂ ਹੀ ਘੱਟ ਸੀ, ਔਖੇ ਸਾਹ ਆਉਣੇ ਸ਼ੁਰੂ ਹੋ ਗਏ। ਅਸੀਂ ਫਿਰ ਸੀ ਪੀ ਆਰ ਕਰਕੇ ਰਿਵਾਈਵ ਕਰਨ ਦੀ ਕੋਸ਼ਿਸ਼ ਕੀਤੀ ਹੈ, ਸੀ ਪੀ ਆਰ ਵੀ ਕੀਤਾ 10 ਮਿੰਟ, ਪਰ ਉਹ ਸਾਰੇ ਟ੍ਰੀਟਮੈਂਟ ਦੇ ਦੌਰਾਨ ਹੀ ਮਰੀਜ਼ ਦੀ ਮੌਤ ਹੋ ਗਈ। ਇਸ ਦੇ ਸਾਨੂੰ ਬਹੁਤ ਅਫਸੋਸ ਹੋ ਰਿਹਾ, ਪੂਰੀ ਕੋਸ਼ਿਸ਼ ਦੇ ਬਾਵਜੂਦ ਵੀ ਅਸੀਂ ਇਸ ਨੂੰ ਬਚਾ ਨਹੀਂ ਸਕੇ ਮਰੀਜ਼ ਨੂੰ। ਉਹਨਾਂ ਦੀ ਜੀ ਲੱਤਾਂ ਬਾਂਹ 'ਤੇ ਬਹੁਤ ਜ਼ਿਆਦਾ ਸੱਟਾਂ ਨੇ, ਦੋਵੇਂ ਲੱਤਾਂ ਦੇ ਫ੍ਰੈਕਚਰ ਲੱਗ ਰਹੇ ਨੇ ਦੇਖਣ ਤੋਂ ਹੀ ਪਤਾ ਲੱਗ ਰਿਹਾ, ਅਤੇ ਬਾਕੀ ਹੋ ਸਕਦਾ ਅੰਦਰੂਨੀ ਸੱਟਾਂ ਵੀ ਹੁਣ ਜਿਹੜੀਆਂ ਕਿ ਸਾਨੂੰ ਸਾਹਮਣੇ ਨਜ਼ਰ ਨਹੀਂ ਆਈਆਂ। ਅਸੀਂ ਹੁਣ ਡੈਥ ਡਿਕਲੇਅਰ ਕੀਤੀ ਹੈ, ਇੱਕ ਵੀ ਤਾਂ ਸਾਡੇ ਕੋਲ ਤਕਰੀਬਨ ਆਏ ਸੀਗੇ, ਇੱਕ ਸਾਰੀ ਫਸਟ ਏਡ ਦਿੰਦੇ ਦਿੰਦੇ ਵਿੱਚ ਡੈਥ ਹੋ ਗਈ ਹੈ। ਹੁਣ ਅਸੀਂ ਪੁਲਿਸ ਨੂੰ ਇਨਫੋਰਮੇਸ਼ਨ ਭੇਜਣ ਜਾ ਰਹੇ ਹਾਂ। ਸਾਨੂੰ ਹੁਣ ਇਤਲਾਹ ਮਿਲੀ ਆ ਅੱਧਾ ਘੰਟਾ ਪਹਿਲਾਂ ਕਿ ਮੇਘਗਿਰ ਪੁੱਤਰ ਬਚਨਗਿਰ ਵਾਸੀ ਹਮਝੜ ਦੀ ਲੜਾਈ ਦੌਰਾਨ ਡੈਥ ਹੋ ਗਈ ਆ, ਅਤੇ ਮੈਂ ਇੱਥੇ ਮੌਕੇ 'ਤੇ ਕਿਹਦੇ ਪਹੁੰਚਾ ਵਾਂ। ਮੌਕੇ 'ਤੇ ਆਪਾਂ ਨੂੰ ਗੁਰਦਾਸ ਨਾਂ ਦਾ ਵਿਅਕਤੀ ਮਿਲਿਆ ਵਾ, ਜਿਹਨੇ ਮੌਕੇ ਬਾਰੇ ਜਾਣਕਾਰੀ ਦਿੱਤੀ ਆ ਵੀ ਇੱਕ ਕਾਰ ਦੇ ਵਿੱਚ 3 ਵਿਅਕਤੀ ਸੀਗੇ ਜਿਨ੍ਹਾਂ ਇਹਦੀ ਮੇਘਗਿਰ ਦੀ ਕੁੱਟਮਾਰ ਕੀਤੀ ਆ, ਉਹਨਾਂ ਦੀ ਡੈਥ ਹੋ ਗਈ ਆ। ਬਾਕੀ ਅਸੀਂ ਅਗਲੀ ਕਾਰਵਾਈ ਵਿੱਚ ਲਿਆ ਰਹੇ ਹਾਂ। ਮੁਰਦਾਬਾਦ ਸਰਕਾਰ ਕਰ ਬਣਾ ਲਈ ਸਾਨੇ।